ਬਟਾਲਾ ਦੇ ਪਿੰਡ ਢਲਵਾਂ ਤੋਂ ਸਾਹਮਣੇ ਆਈ ਇਹ ਘਟਨਾ ਅੱਜ ਸਬੂਤ ਦਿੰਦੀ ਹੈ ਕਿ ਹਾਲ ਹੈ ਸੂਬੇ 'ਚ ਕਾਨੂੰਨ ਵਿਵਸਥਾ ਦਾ। ਜਿੱਥੇ ਤੁਹਾਡੇ ਸਾਹਮਣੇ ਤਸਵੀਰ ਹੈ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਕੁਲਦੀਪ ਸਿੰਘ ਦੀ, ਜਿਸ ਦਾ ਪਿੰਡ 'ਚ ਹੀ ਸੈਰ ਕਰਨ ਨਿਕਲੇ ਦਾ ਇੰਜ ਕਤਲ ਕੀਤਾ ਗਿਆ ਕਿ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਜਾਂਦੀ ਹੈ। ਜਿੱਥੇ ਹਥਿਆਰਬੰਦ ਨੌਜਵਾਨਾਂ ਨੇ ਜਾਣਕਾਰੀ ਮੁਤਾਬਕ ਕਰੀਬ 15-16 ਗੋਲੀਆਂ ਕੁਲਦੀਪ ਸਿੰਘ ਦੇ ਸਰੀਰ 'ਚ ਉਤਾਰ ਦਿੱਤੀਆਂ ਅਤੇ ਮੁੜ ਕੇ ਤੇਜ਼ ਧਾਰ ਦਰਦਰ ਦੇ ਨਾਲ ਕਈ ਵਾਰ ਕੀਤੇ। ਹਮਲਾਵਰ ਸ਼ਾਇਦ ਇੱਥੇ ਚਾਹੁੰਦੇ ਨਹੀਂ ਸਨ ਕਿ ਕੁਲਦੀਪ ਸਿੰਘ ਕਿਤੇ ਜਿਉਂਦਾ ਬਚ ਜਾਵੇ। ਇੱਥੇ ਇਹ ਵੀ ਸਾਹਮਣੇ ਆਇਆ ਕਿ ਪੂਰੀ ਵਾਰਦਾਤ ਕਿਸੇ ਜ਼ਮੀਨੀ ਵਿਵਾਦ ਦੇ ਕਰਕੇ ਹੋਈ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਤੇ ਇਨਸਾਫ਼ ਦੀ ਮੰਗ ਕੀਤੀ ਹੈ। 15-16 ਭਾਜੀ ਗੋਲੀਆਂ ਮਾਰੀਆਂ ਇਹਨਾਂ ਨੇ, 15-16 ਗੋਲੀਆਂ ਮਾਰੀਆਂ ਨੇ, ਠੀਕ ਹੈ। ਫਿਰ ਦਾਤਰ ਮਾਰੇ ਇਹਨਾਂ ਨੇ ਪਿੱਛੇ, ਉਹ ਵੀ ਪਿੱਠ ਦੇ ਪਿੱਛੇ, ਜਾਂ ਤਾਂ ਭਾਜੀ ਸਿੱਧਾ ਆਉਂਦੇ ਫੇਰ ਹੀ ਹੈ ਨਾ। ਅਤੇ ਬਾਕੀ ਅਸੀਂ ਇਹ ਚਾਹੁੰਦੇ ਹੁਣ ਵੀ ਪੁਲਿਸ ਪ੍ਰਸ਼ਾਸਨ ਕੋਲ ਅਸੀਂ ਜੋ ਇਹ ਗੁੰਡਾਗਰਦੀ ਹੋ ਰਹੀ ਆ, ਇਹ ਸਰਕਾਰ ਦੇ ਵਿੱਚ ਬਹੁਤ ਗੁੰਡਾਗਰਦੀ ਹੋ ਰਹੀ ਹੈ ਸਰ। ਇੱਥੇ ਕੋਈ ਅੰਤਿਮ ਦਿਨ ਦਿਹਾੜੇ ਗੋਲੀਆਂ ਵੇਖੋ ਬੰਦੇ ਨੂੰ, ਅਜੇ ਕੋਈ 7-8 ਦਾ ਕੋਈ ਟਾਈਮ ਨਹੀਂ ਕੋਈ ਜ਼ਿਆਦਾ ਹੁੰਦਾ, ਦਿਨ ਦਿਹਾੜਾ ਹੀ ਹੁੰਦਾ ਗੋਲੀਆਂ ਮਾਰ ਕੇ, ਜੇ 15-16 ਗੋਲੀਆਂ ਬੰਦੇ ਨੂੰ ਮਾਰ ਦੇਣੀਆਂ ਐਵੇਂ ਹੀ ਕਿ ਬਿਨਾਂ ਗੱਲ ਤੋਂ ਹੀ, ਅਤੇ ਇਹ ਇਨਸਾਫ ਚਾਹੀਦਾ ਸਰ। ਉਧਰ ਦੂਜੇ ਪਾਸੇ ਇਸ ਮੌਕੇ ਪਹੁੰਚੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਵੀ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਉਹਨਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਪੁਲਿਸ ਨੇ ਵੀ ਇਸ 'ਤੇ ਮਾਮਲਾ ਦਰਜ ਕਰਕੇ ਆਪਣੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਵੀ ਗੱਲ ਆਖੀ ਹੈ। ਪਿੰਡ ਢਿਲਵਾਂ ਦੇ ਜੀ ਦਲਬੀਰ ਸਿੰਘ ਜਿਹਨਾਂ ਦੀ ਮੌਤ ਹੋਈ ਆ, ਇਹ ਆਪਣੇ ਸ਼ਾਮ ਨੂੰ ਘਰ ਰੋਟੀ ਪਾਣੀ ਖਾ ਕੇ ਆਪਣੇ ਲੜਕਾ ਦੇ ਨਾਲ ਆਪਣੇ ਭਰਾ ਨੂੰ ਸੈਰ ਕਰ ਰਹੇ, ਆਪਣੇ ਪਿੰਡ ਦੇ ਅੱਡੇ ਤੋਂ ਬਾਹਰ ਖੇਤਾਂ ਵਾਲੇ ਪਾਸੇ ਪਏ ਤਾਂ ਗਏ ਆ, ਤਾਂ ਉਹ ਉੱਥੇ ਜਿਹੜੇ ਅੱਗੇ ਆ ਬਲਦੇਵ ਸਿੰਘ, ਬਲਵਿੰਦਰ ਸਿੰਘ ਅਤੇ ਉਹਦੇ ਦੋਵੇਂ ਮੁੰਡੇ ਅਤੇ 4-5 ਜਣ ਖੇਤੇ ਜੀ, ਉਹਨਾਂ ਗੋਲੀਆਂ ਮਾਰੀਆਂ ਉਹਨਾਂ 'ਤੇ ਅਤੇ ਤਿੱਖੇ ਹਥਿਆਰਾਂ ਨਾਲ ਵਾਰ ਕੀਤੇ, ਸਖ਼ਤ ਜ਼ਖਮੀ ਕਰਦਾ ਵਾ। ਜਿਹੜਾ ਲੜਕਾ ਦਾ ਆਪਣਾ ਉਹਨੂੰ ਹੋਸਪਿਟਲ ਲੈ ਕੇ ਗਿਆ, ਉੱਥੇ ਮੌਤ ਹੋ ਗਈ ਅਮਨਦੀਪ, ਮੁਕੱਦਮਾ ਦਰਜ ਰਜਿਸਟਰ ਕਰ ਦਿੱਤਾ ਵਾ 302 ਦਾ, ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਚੱਲ ਰਹੀ ਹੈ। ਹੁਣ ਇੱਥੇ ਮਾਮਲਾ ਸ਼ਰੇਆਮ ਸਬੂਤ ਦਿੰਦਾ ਹੈ ਕਿ ਅੱਜ ਇੱਥੇ ਸਿਆਸੀ ਆਗੂਆਂ ਦਾ ਇੰਝ ਬੇਰਹਿਮੀ ਨਾਲ ਕਤਲ ਹੋ ਸਕਦਾ ਹੈ ਤਾਂ ਆਪਾਂ ਆਮ ਲੋਕ ਆਖਿਰ ਇੱਥੇ ਕਿੰਨੇ ਕੁ ਸੁਰੱਖਿਅਤ ਆ। ਖੈਰ, ਵੇਖਣ ਵਾਲੀ ਗੱਲ ਹੈ ਕਿ ਪੁਲਿਸ ਇਸ ਮਾਮਲੇ 'ਤੇ ਹੁਣ ਅੱਗੇ ਜਾ ਕੇ ਕੀ ਕਾਰਵਾਈ ਕਰਦੀ ਹੈ। ਬਟਾਲਾ ਤੋਂ ਨਿਤਿਨ ਲੂਥਰਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ 3-5 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।